ਕੋਈ ਮੈਨੂੰ ਮੋਟਾ ਕਹਿੰਦਾ ਕੋਈ ਕੱਦੂ ਤੇ ਅੱਜ ਕੱਲ ਤਾਂ ਲੋਕਾਂ ਨੇ ਬੇਬੀ এলিਫੈਂਟ ਕਹਿਣਾ ਵੀ ਸ਼ੁਰੂ ਕਰ ਦਿੱਤਾ ਕੋਈ ਬੰਦਾ ਇੰਨੇ ਭਾਰੇ ਸਰੀਰ ਨੂੰ ਕਿਵੇਂ ਸੰਭ ਸਕਦਾ ਹੈ ਯਾਹੀ ਬੰਦਾ ਤੁਰਦਾ ਕਿਵੇਂ ਹੈ ਕਾਕਾ ਇੰਨੇ ਭਾਰੇ ਬੰਦੇ ਫਲਾਈਟ ਸੀ ਬਣ ਨਹੀਂਦੇ ਜੇ ਤਰਾ weight ਘਟ ਹੁੰਦਾ ਅਸੀਂ ਤੈਨੂੰ ਇੰਟਰਵਿਊ ਕਰ ਲੈਂਦੇ ਮੈਂ ਬਹੁਤ ਰਿਕੁਐਸਟ ਕੀਤੀ ਕਿ ਸਰ ਇਹ ਮੇਰਾ ਡ੍ਰੀਮ ਹੈ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਜੀਣਾ ਚਾਹੀਦਾ ਬਿਕੋਜ਼ ਆਈ ਏਮ ਦ ਵਰਸਟ ਗਾਈ ਐਵਰ ਇਹ ਚੀਜ਼ ਫੈਕਟ ਹੈ ਕਿ ਹਲੇ ਤਰਾ ਵਜ਼ਨ ਨਹੀਂ ਘਟ ਰਿਹਾ ਦੂਜੀ ਚੀਜ਼ ਫੈਕਟ ਹੈ ਕੇ ਲੋਕਾਂ ਨੇ ਹਸਣ ਤੋਂ ਨਹੀਂ ਹਟਣਾ ਮੈਂ ਹੈਗਾ ਮੋਟਾ ਆਈ نو ਦੈਟ ਐਂਡ ਆਮ ਪ੍ਰਾਊਡ ਆਫ ਇਟ ਕਿੰਨਾ ਚੰਗਾ ਲੱਗਦਾ ਦੋਸਤੋ ਜਦ ਤੁਸੀਂ ਤਿਆਰ ਹੋ ਕੇ ਸੋਹਣੇ ਬਾਬੂ ਬਣ ਕੇ ਘਰ ਤੋਂ ਬਾਹਰ ਨਿਕਲਦੇ ਹੋ ਤੇ ਰਾਹ ਜਾਂਦੇ ਹਰ ਬੰਦੇ ਦੀ ਨਿਗਾਹ ਕਿ ਥੋੜੇ ਤੇ ਰੁਕ ਜਾਂਦੀ ਹੈ ਕਿਉਂ ਕਿਉਂਕਿ ਤੁਸੀਂ ਅੱਛੇ ਲੱਗ ਰਹੇ ਹੋ ਤੁਹਾਨੂੰ ਪਤਾ ਇਸ ਗੱਲ ਦਾ ਕਈਆਂ ਦੇ ਤਾਂ ਮੂੰਹ ਖੁੱਲੇ ਦੇ ਖੁੱਲੇ ਰਹਿ ਜਾਂਦੇ ਨੇ ਯੂ ਫੀਲ ਗੁੱਡ ਅਬਾਊਟ ਇਟ ਮੇਰੇ ਨਾਲ ਵੀ ਇੱਦਾ ਹੀ ਕੁਝ ਹੋਇਆ ਸੀ ਪਰ ਮੈਨੂੰ ਕਿਤੇ ਚੰਗਾ ਨਹੀਂ ਲੱਗਿਆ ਕਿਉਂਕਿ ਲੋਕਾਂ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਜਾਣ ਦਾ ਕਾਰਨ ਹੁੰਦਾ ਸੀ ਮੇਰਾ ਇਹ ਸਰੀਰ ਤੇ ਉਹਨਾਂ ਦੇ ਚਿਹਰੇ ਤੇ ਸਾਫ਼ ਲਿਖਿਆ ਹੁੰਦਾ ਸੀ ਕਿ ਯਾਰ ਕੋਈ ਬੰਦਾ ਇੰਨੇ ਭਾਰੇ ਸਰੀਰ ਨੂੰ ਕਿਵੇਂ ਸੰਭ ਸੱਕਦਾ ਹੈ ਯਾਹੀ ਬੰਦਾ ਤੁਰਦਾ ਕਿਵੇਂ ਹੈ ਵੈਲ ਦੋਸਤੋ ਆਹੀ ਗੱਲਾਂ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਆਇਆ ਜਦ ਆਪਾਂ ਕਿਸੇ ਮੋٹے ਬੰਦੇ ਨੂੰ ਦੇਖਦੇ ਆ ਤਾਂ ਸਾਡੇ ਦਿਮਾਗ 'ਚ ਇੱਕ ਚੀਜ਼ ਜ਼ਰੂਰ ਹੁੰਦੀ ਹੈ ਕੀ ਯਾਰੇ ਬੰਦਾ ਬਚਪਨ ਚ ਕਿਦਾਂ ਦਾ ਹੋਊਗਾ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਤਾਂ ਬਹੁਤ ਕਿਊਟ ਸੀਗਾ ਤੇ ਮੈਨੂੰ ਪਤਾ ਹੈ ਦੋਸਤੋ ਦਿਸ ਇਜ਼ ਮੀ ਹੈਰੀ ਵਰਮਾ ਐਂਡ ਅਕਸਰ ਲੋਕੀ ਮੈਨੂੰ ਮੇਰੇ ਇਸ ਨਾਮ ਤੋਂ ਨਹੀਂ ਬੁਲਾਉਂਦੇ ਕੋਈ ਮੈਨੂੰ ਮੋਟਾ ਕਹਿੰਦਾ ਕੋਈ ਕੱਦੂ ਤੇ ਅੱਜ ਕੱਲ ਤਾਂ ਲੋਕਾਂ ਨੇ ਬੇਬੀ এলিਫੈਂਟ ਕਹਿਣਾ ਵੀ ਸ਼ੁਰੂ ਕਰ ਦਿੱਤਾ ਬਸ ਇਹੀ ਸਾਰੀ ਗੱਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨ ਆਇਆ ਲੈਟਸ ਸਟਾਰਟ ਫਰਮ ਦ ਬਿਗਨਿੰਗ ਮੈਂ ਸਕੂਲ ਚ ਸੀ ਮੋਟਾ ਸੀ ਮੈਨੂੰ ਪਤਾ ਸੀ ਇਸ ਗੱਲ ਬਾਰੇ ਬਟ ਆਈ ਵਾਸ ਦ ਮੋਸਟ ਹੈਪਨਿੰਗ ਗਾਈ ਇਨ ਮਾਈ ਸਕੂਲ ਹਮੇਸ਼ਾ ਹੱਸਦਾ ਰਹਿੰਦਾ ਸੀ ਲੋਕਾਂ ਨੂੰ ਹਸਾਉਂਦਾ ਸੀ ਆਈ ਵਾਸ ਲਾਈਕ ਥਿਸ ਓਨਲੀ ਮੇਰੇ ਉਸ ਸੁਭਾ ਨੂੰ ਜਿਹੜੇ ਮੇਰੇ ਕਲਾਸਮੇਟ ਸੀ ਉਹ ਬਹੁਤ ਜ਼ਿਆਦਾ ਗਰੰਟੀਡ ਲੈ ਗਏ ਉਹਨਾਂ ਨੂੰ ਲੱਗਿਆ ਕਿ ਇਹਨੂੰ ਅਸੀਂ ਕੁਝ ਵੀ ਕਹਿ ਲਈਏ ਉਹਦਾ ਮਜ਼ਾਕ ਬਣਾ ਦਿੰਦਾ ਤੇ ਉਸੇ ਦੀ ਵਜ੍ਹਾ ਤੋਂ ਮੇਰੀ ਲਾਈਫ 'ਚ ਬਹੁਤ ਵੱਡਾ ਚੇਂਜ ਆ ਗਿਆ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਮੈਨੂੰ ਕਲਾਸ 'ਚ ਸਾਰੇ ਟੀਚਰਾਂ ਕਰਦੇ ਸੀ ਟੀਚਰ ਦੇ ਹੋਣ ਜਾਂ ਨਾ ਹੋਣ ਦਾ ਉਹਨਾਂ ਤੇ ਕੋਈ ਫਰਕ ਨਹੀਂ ਸੀ ਪੈਂਦਾ ਰੋਜ਼ ਇੱਕ ਨਵਾਂ ਵਰਡ ਇਨਵੈਂਟ ਕਰਕੇ ਕਲਾਸ ਚ ਹੁੰਦੀ ਸੀ ਉਹ ਕਿ ਅੱਜ ਹੈਰੀ ਨੂੰ ਆਪਾਂ ਇਸ ਵਰਡ ਨਾਲ ਚੜਾਉਣਾ ਹੈ ਤੇ ਕੰਮ ਕਰ ਰਹੇ ਅਸੀਂ ਗੱਲ ਇੱਥੇ ਤੱਕ ਹੀ ਨਹੀਂ ਸੀਗੀ ਮੈਂ ਇੱਕ ਵਾਰੀ ਬਾਜ਼ਾਰ ਚ ਇੱਕ ਸ਼ਾਪ ਤੇ ਖੜਾ ਸੀ ਤੇ ਇੱਕ ਨਿੱਕਾ ਜਿਹਾ ਬੱਚਾ ਮੈਨੂੰ ਦੇਖ ਕੇ ਰੋਣ ਲੱਗ ਗਿਆ ਮੈਨੂੰ ਲੱਗਿਆ ਇਹਨੂੰ ਕੀ ਹੋ ਗਿਆ ਉਹਦੇ ਚਿਹਰੇ ਤੇ ਸਾਫ਼ ਲਿਖਿਆ ਹੋਇਆ ਸੀ ਕਿ ਉਹਨੇ ਸ਼ਾਇਦ ਕੋਈ ਬਹੁਤ ਵੱਡੀ ਚੀਜ਼ ਦੇਖ ਲਈ ਸੀ ਉਹ ਇੰਨਾ ਡਰ ਗਿਆ ਸੀ ਮੈਨੂੰ ਲੱਗੇ ਯਾਰ ਉਹ ਗਲਤ ਹੋ ਸਕਦੇ ਆ ਪਰ ਇਹ ਗਲਤ ਨਹੀਂ ਹੋ ਸਕਦਾ ਦੈਨ ਆਈ ਫੈਲਟ ਉਹ ਇੱਕ ਮੂਮੈਂਟ ਸੀਗਾ ਮੇਰੀ ਲਾਈਫ 'ਚ ਜਦ ਮੈਨੂੰ ਪਹਿਲੀ ਵਾਰੀ ਲੱਗਿਆ ਕਿ ਸ਼ਾਇਦ ਤੈਨੂੰ ਵਜ਼ਨ ਘਟਾਉਣਾ ਚਾਹੀਦਾ ਮੈਂ 2 ਮਹੀਨੇ ਪੂਰਾ ਰਜ ਕੇ ਡਾਈਟ ਕੀਤੀ ਪੂਰਾ ਰਜ ਕੇ ਐਕਸਰਸਾਈਜ਼ ਕੀਤੀ ਪਰ ਕਿਸੇ ਨੂੰ ਸ਼ਾਇਦ ਇਹ ਗੱਲ ਹਜਮ ਨਹੀਂ ਹੋਈ ਉਹਨਾਂ ਦੀ ਉਹੀ ਜ਼ਿਲਤ ਹਲੇ ਵੀ ਚੱਲ ਰਹੀ ਸੀ ਇੱਕ ਦਿਨ ਰਿਸਰਚ ਦੀ ਗੱਲ ਹੈ ਸਾਰੀ ਕਲਾਸ ਨੇ ਮੁੰਡੇ ਕੁੜੀਆਂ ਨੇ ਮਿਲ ਕੇ ਮੇਰਾ ਬਹੁਤ ਮਜ਼ਾਕ ਉਡਾਇਆ ਮੇਰੇ ਨਾਲ ਮਜ਼ਾਕ ਉਡਾਇਆ ਕਿ ਕਲਾਸ 'ਚ ਬੈਠੇ ਬੈਠੇ ਮੇਰੀ ਰੋਣੀ ਨਿਕਲ ਗਈ ਤੇ ਮੈਂ ਅੱਧੀ ਛੁੱਟੀ ਤੋਂ ਬਾਅਦ ਸਕੂਲ ਹਲੇ ਕੰਪਲੀਟ ਵੀ ਨਹੀਂ ਹੋਇਆ ਸੀ ਮੈਂ ਚੁੱਪਚਾਪ ਆਪਣਾ ਬੈਗ ਚੱਕ ਕੇ ਕਿਸੇ ਨੂੰ ਬਿਨਾਂ ਦੱਸੇ ਟੀਚਰ ਤੋਂ ਬਿਨਾਂ ਪਰਮਿਸ਼ਨ ਲਏ ਘਰੇ ਆ ਗਿਆ ਘਰੇ ਆ ਕੇ ਮੈਂ ਬਹੁਤ ਰੋਇਆ ਘਰੇ ਵੀ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਮੇਰੇ ਨਾਲ ਇਹ ਕੁਝ ਹੋਇਆ ਸਾਰੀ ਰਾਤ ਬੈਠਾ ਰਿਹਾ ਇਕੱਲਾ ਸੋਚਦਾ ਰਿਹਾ ਕਿ ਮੈਂ ਲਾਈਫ 'ਚ ਕੀ ਕਰੂੰਗਾ ਆਈ ਵਾਸ ਟੋਟਲੀ ਇਨਟੂ ਆਲਮੋਸਟ ਆਲਮੋਸਟ ਡਿਪਰੈਸ਼ਨ ਬਹੁਤ ਗੁੱਸਾ ਸੀਗਾ ਮੇਰੇ ਅੰਦਰ ਸਭ ਲਈ ਮੈਂ ਸਿੱਧਾ ਰਸੋਈ 'ਚ ਗਿਆ ਫ੍ਰਿਜ ਖੋਲਿਆ ਤੇ ਫ੍ਰਿਜ 'ਚ ਜਿੰਨੀ ਮਿਠਾਈ ਸੀਗੀ ਸਾਰਾ ਖਾ ਗਿਆ ਜਿੰਨਾ ਕੁਝ ਖਾਣ ਦਾ ਸੀਗਾ ਗੁੱਸੇ 'ਚ ਸਾਰਾ ਖਾ ਗਿਆ ਉਹ ਖਾ ਕੇ ਮੇਰੀ ਫਰਸਟ੍ਰੇਸ਼ਨ ਨਿਕਲ ਰਹੀ ਸੀ ਤਾਂ ਮੈਨੂੰ ਚੰਗਾ ਲੱਗ ਰਿਹਾ ਸੀ ਤੇ ਮੈਂ ਹੋਰ ਖਾਂਦਾ ਰਿਹਾ ਹੋਰ ਖਾਂਦਾ ਰਿਹਾ 2 ਮਹੀਨੇ 2 ਮਹੀਨੇ ਮੈਂ ਕੁਝ ਨਹੀਂ ਖਾਦਾ ਸੀ ਗਲਤ ਨਾ ਆਪਣਾ ਵਰਕਆਊਟ ਛੱਡਿਆ ਸੀ ਤੇ ਉਹ ਜਿੰਨਾ weight ਮੈਂ 2 ਮਹੀਨੇ 'ਚ ਘਟਾਇਆ ਸੀ ਉਹ ਸਾਰਾ ਦਾ ਸਾਰਾ weight ਮੈਂ ਅਗਲੇ 2 ਹਫ਼ਤੇ 'ਚ ਵਧਾ ਲਿਆ ਇਹ ਮੇਰੀ ਲਾਈਫ ਦੀ ਸਭ ਤੋਂ ਵੱਡੀ ਹਾਰ ਸੀਗੀ ਮੇਰੀ ਵਜ੍ਹਾ ਤੋਂ ਨਹੀਂ ਲੋਕਾਂ ਦੀ ਵਜ੍ਹਾ ਤੋਂ ਮੈਂ ਸ਼ਾਇਦ ਠੀਕ ਸੀਗਾ ਪਰ ਮੇਰੀ ਸੋਚ ਠੀਕ ਨਹੀਂ ਸੀਗੀ ਜਿਹੜਾ ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਗਿਆ ਤੇ ਸਾਰਾ ਕੁਝ ਛੱਡ ਕੇ ਉਹ ਸਾਰੀ ਮਿਹਨਤ ਬਰਬਾਦ ਕਰਤੀ ਮੈਂ ਐਕਸੈਪਟ ਕਰ ਲਿਆ ਸੀ ਕਿ ਇਹ ਤੇਰੇ ਬਸ ਦਾ ਹੈ ਨਹੀਂ ਹੁਣ ਤੂੰ ਲਾਈਫ 'ਚ ਜੋ ਵੀ ਕਰੇਗਾ ਨਾ ਇਦਾਂ ਹੀ ਕਰੇਗਾ ਤੇ ਬਸ ਚੁੱਪਚਾਪ ਚੱਲੀ ਜਾ ਮੇਰੀ ਲਾਈਫ 'ਚ ਆਲਮੋਸਟ ਜਿਹੜਾ ਮੇਰੇ ਮੇਰਾ ਬੈਸਟ ਪਾਰਟ ਸੀਗਾ ਹਿਊਮਰ ਉਹ ਖਤਮ ਹੋ ਚੁੱਕਾ ਸੀ ਮੈਂ ਕਿਸੇ ਨਾਲ ਜਿਆਦਾ ਗੱਲ ਨਹੀਂ ਕਰਦਾ ਸੀ ਸਕੂਲ 'ਚ ਕਿਉਂਕਿ ਉਹਨਾਂ ਨੂੰ ਜਦ ਵੀ ਮੌਕਾ ਮਿਲਦਾ ਸੀ ਉਹ ਮੇਰਾ ਮਜ਼ਾਕ ਉਡਾਉਂਦੇ ਸੀ ਮੇਰੇ ਸੁਪਨੇ ਬਹੁਤ ਵੱਡੇ ਸੀ ਅੱਜ ਵੀ ਹੈਗੇ ਆ ਤੇ ਸਭ ਦੇ ਹੋਣੇ ਚਾਹੀਦੇ ਮੈਂ ਉਸ ਟਾਈਮ ਫਲਾਈਟ ਸਟੀਵਰਡ ਬਣਨਾ ਚਾਹੁੰਦਾ ਸੀ ਤੇ ਰੱਬ ਵੀ ਸ਼ਾਇਦ ਕੁਝ ਖੇਡ ਖੇਡ ਰਿਹਾ ਸੀ ਪਤਾ ਨਹੀਂ ਮੈਨੂੰ ਕੀ ਹੋ ਰਿਹਾ ਸੀ ਮੇਰੇ ਨਾਲ ਮੇਰਾ ਸਭ ਤੋਂ ਵੱਡਾ ਸੁਪਨਾ ਸੀ ਇਹ ਫਲਾਈਟ ਸਟੀਵਰਡ ਬਣਨਾ ਤੇ ਉਸੇ ਮਹੀਨੇ 12th ਕਲਾਸ ਚ ਸਾਡੇ ਸਕੂਲ ਚ ਇੱਕ ਕੰਪਨੀ ਆਈ ਜਿਹੜੀ ਫਲਾਈਟ ਸੇਵਰਡ ਦੀ ਟ੍ਰੇਨਿੰਗ ਦੇ ਲਈ ਬੱਚੇ ਹਾਇਰ ਕਰ ਰਹੀ ਸੀ ਮੈਨੂੰ ਲੱਗਿਆ ਇਹ ਹੀ ਤਾਂ ਮੈਨੂੰ ਚਾਹੀਦਾ ਸੀ ਤੇ ਮੇਰੇ ਸਾਹਮਣੇ ਆ ਕੇ ਖੜੇ ਹੁਣ ਮੈਨੂੰ ਪਤਾ ਸੀ ਕਿ ਇਨੇ ਮੋٹے ਬੰਦੇ ਫਲਾਈਟ ਸੇਵਰਡ ਨਹੀਂ ਬਣਦੇ ਮੈਨੂੰ ਪਤਾ ਸੀ ਇਸ ਗੱਲ ਦਾ ਪਰ ਮੈਂ ਆਪਣੇ ਵੱਲ ਬਿਨਾ ਦੇਖੇ ਸਿੱਧਾ ਜਾ ਕੇ ਲਾਈਨ ਚ ਖੜ ਗਿਆ ਮੇਰੇ ਟੀਚਰ ਮੈਨੂੰ ਕਹਿੰਦੇ ਹੈਰੀ ਯੂ ਆਰ ਨਾਟ ਫਿਰ ਫਿਟ ਫੋਰ ਥਿਸ ਦੇ ਵਿਲ ਨਾਟ ਐਕਸੈਪਟ ਯੂ ਮੈਂ ਕਿਹਾ ਕੋਈ ਬਾਤ ਨਹੀਂ ਸਰ ਮੈਂ ਇੱਕ ਵਾਰੀ ਜਾਊਂਗਾ ਤੇ ਉਹਨਾਂ ਨਾਲ ਗੱਲ ਕਰੂੰਗਾ ਤੇ ਉਹੀ ਹੋਇਆ ਉਹਨਾਂ ਨੇ ਮੈਨੂੰ ਇੰਟਰਵਿਊ ਦੇਣ ਮੈਨੂੰ ਦਿੱਤਾ ਪਹਿਲੇ ਇਹ ਕਹਤਾ ਕਿ ਕਾਕਾ ਇੰਨੇ ਭਾਰੇ ਬੰਦੇ ਫਲਾਈਟ ਸਟਿਊਰਡ ਨਹੀਂ ਬਣਦੇ ਜਿਦਾਂ ਰ ਵੇਟ ਘਟ ਹੁੰਦਾ ਅਸੀਂ ਤੈਨੂੰ ਇੰਟਰਵਿਊ ਕਰ ਲੈਂਦੇ ਮੈਂ ਬਹੁਤ ਰਿਕੁਐਸਟ ਕੀਤੀ ਕਿ ਸਰ ਇਹ ਮੇਰਾ ਡ੍ਰੀਮ ਹੈ ਦਿਸ ਇਸ ਵਨ ਐਂਡ ਓਨਲੀ ਡ੍ਰੀਮ ਆਈ ਹੈਵ ਆਈ ਰੀਲੀ ਵਾਂਟ ਟੂ ਡੂ ਇਟ ਮੈਨੂੰ ਇੱਕ ਚਾਂਸ ਦੋ ਮੈਂ ਵੇਟ ਘਟਾ ਲੂੰਗਾ ਉਹਨਾਂ ਨੇ ਸਾਫ਼ ਮਨਾਂ ਕਰਤਾ ਮੈਂ ਬਹੁਤ ਰਿਕੁਐਸਟ ਕੀਤੀ ਮੇਰੇ ਟੀਚਰ ਨੇ ਮੇਰੇ ਨਾਲ ਉਹਨਾਂ ਤੋਂ ਰਿਕੁਐਸਟ ਕੀਤੀ ਫਾਈਨਲੀ ਉਹਨਾਂ ਨੇ ਹਾਂ ਕਰਤੀ ਉਹਨੇ ਕਿਹਾ ਕਿ ਅਸੀਂ ਤੈਨੂੰ ਇੱਕ ਮੌਕਾ ਦੇ ਸਕਦੇ ਹਾਂ ਜੇ ਤੂੰ 2 ਮਹੀਨਿਆਂ ਚ 15 ਕਿਲੋ weight lose ਕਰ ਸਕਦਾ ਹੈ ਤਾਂ ਮੈਂ ਕਿਹਾ ਠੀਕ ਹੈ 올 ਰਾਈਟ ਮੈਂ ਕਰ ਲੂੰਗਾ ਮੈਂ ਪਹਿਲਾਂ ਵੀ ਕੀਤਾ ਹੋਇਆ ਤੇ ਮੈਂ ਹੁਣ ਵੀ ਕਰ ਸਕਦਾ ਮੈਂ ਕਰ ਲੂੰਗਾ ਮੇਰੀ ਲਾਈਫ ਚ ਕੌਨਫੀਡੈਂਸ ਦੁਬਾਰਾ ਆ ਗਿਆ ਸੀ ਮੈਂ ਮੈਂ ਅੰਦਰ ਅੰਦਰ ਹੀ ਅੰਦਰ ਮੈਨੂੰ ਕੁਝ ਲੱਗਣ ਲੱਗੇ ਸੀ ਕਿ ਹਾਂ there is something ਮੈਂ ਕੁਝ ਕਰ ਸਕਦਾ ਹਲੇ ਵੀ ਉਹ ਹੋਪ ਜਿਹੜੀ ਸੀਗੀ ਉਹ ਮਰੀ ਨਹੀਂ ਸੀਗੀ ਕਿ ਮੈਂ ਕੁਝ ਕਰ ਸਕਦਾ ਮੈਂ ਘਰੇ ਬਾਅਦ ਚ ਪੁਨਚੇਪੱਲਾ ਟ੍ਰੈਡ ਮਿਲ ਤੇ ਪੁਨਚਿਆ ਜੰਮ ਕੇ ਮਿਹਨਤ ਕੀਤੀ ਜੰਮ ਕੇ ਡਾਈਟ ਕੀਤੀ ਦੁਬਾਰਾ ਸਾਰੀ ਉਹੀ ਰੂਟੀਨ ਫਾਲੋ ਕੀਤੀ 2 ਮਹੀਨੇ ਨਿਕਲੇ ਮੇਰਾ weight ਕੀਤਾ ਉਹਨਾਂ ਨੇ ਤੇ 5 ਜਾਂ 7 ਕਿਲੋ ਹੀ weight ਕਟਿਆ ਸੀ ਉਸੇ ਦਿਨ ਮੇਰਾ ਫਲਾਈਟ ਸੀਵਰ ਬਣਨ ਦਾ ਸੁਪਨਾ ਮਿੱਟੀ ਹੋ ਚੁੱਕਿਆ ਸੀ ਮੈਂ ਸੋਚਿਆ ਕਿ ਨਾਓ ਥੇਰ ਇਜ਼ ਰੀਲੀ ਨਾਥਿੰਗ ਇਨ ਲੈਫਟ ਇਨ ਮਾਈ ਲਾਈਫ ਤੇ ਲਾਈਫ ਚ ਕੁਛ ਵੱਡਾ ਕਰਨ ਦੀ ਤਾਂ ਦੂਰ ਦੀ ਗੱਲ ਹੈ ਆਈ ਰੀਲੀ ਯੂਸ ਟੂ ਹੈਵ ਸੁਸਾਈਡਲ ਥਾਟਸ ਵੈਨ ਆ ਵਾਸ ਇਨ 12th ਕਲਾਸ ਮੈਨ ਲੱਗਦਾ ਸੀ ਕਿ ਹੁਣ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਜੀਣਾ ਚਾਹੀਦਾ ਬਿਕੋਜ਼ ਆਈ ਏਮ ਦ ਵਰਸਟ ਗਾਈ ਐਵਰ ਦੈਟਸ ਵਾਈ ਆਮ ਗੇਟਿੰਗ ਥਿਸ ਫਰਮ ਪੀਪਲ ਸ਼ਾਇਦ ਮੈਂ ਉਸ ਇੰਟਰਵਿਊ ਲਈ ਐਲੀਜੀਬਲ ਸੀਗਾ ਪਰ ਮੈਂ ਵੇਟ ਕਰਕੇ ਆਊਟ ਹੋ ਗਿਆ ਸਕੂਲ ਖਤਮ ਹੋਇਆ ਕਾਲਜ ਗਿਆ ਮੈਂ ਕਾਲਜ ਜਾਣ ਤੱਕ ਮੇਰਾ ਕੌਨਫੀਡੈਂਸ ਲੈਵਲ 0 ਚ ਨਹੀਂ ਮਾਈਨਸ ਚ ਹੋ ਗਿਆ ਸੀ ਕਾਲਜ ਦਾ ਫੈਸਟੀਵਲ ਆਇਆ ਯੂਥ ਫੈਸਟੀਵਲ ਪਹਿਲੇ ਸਾਲ ਦਾ ਇੱਕ ਪਲੇ ਸੀਗਾ ਹਿੰਦੀ ਪਲੇ ਜਿਹੜਾ ਅਸੀਂ ਕਰ ਰਹੇ ਸੀ ਮਤਲਬ ਉਹ ਲੋਕੀ ਕਰ ਰਹੇ ਸੀ ਮੈਨੂੰ ਮੇਰੇ ਸੀਨੀਅਰ ਆਏ ਤੇ ਉਹਨਾਂ ਨੇ ਮੈਨੂੰ ਬਹੁਤ ਫੋਰਸ ਕੀਤਾ ਕਿ ਹੈਰੀ ਇਸ ਪਲੇ ਚ ਇੱਕ ਕੈਰੈਕਟਰ ਹੈ ਉਹ ਤੂੰ ਪਲੇ ਕਰਨਾ ਹੈ ਕਿਉਂ ਕਿਉਂਕਿ ਉਹ ਕੈਰੈਕਟਰ ਇੱਕ ਮੋٹے ਬੰਦੇ ਦਾ ਸੀਗਾ ਮੈਨੂੰ ਅੱਜ ਪਹਿਲੀ ਵਾਰ ਲੱਗਿਆ ਕਿ ਨਹੀਂ ਯਾਰ ਠੀਕ ਹੈ ਜੋ ਹੋ ਰਿਹਾ ਉਹ ਤਾਂ ਹੋ ਹੀ ਰਿਹਾ ਹੁਣ ਜੇ ਇਹ ਵੀ ਕਰ ਲੂੰਗਾ ਜਿਆਦਾ ਤੋਂ ਜਿਆਦਾ ਲੋਕਾਂ ਨੇ ਹੱਸਣਾ ਹੀ ਹੈ ਉਹ ਤਾਂ ਐਵੇਂ ਵੀ ਹੱਸੀ ਰਹੀ ਹੈ ਇਟਸ ওকে ਲੈਟਸ ਗਿਵ ਇਟ ਅ ਟਰਾਇ ਮੈਂ ਉਸ ਕੈਰੈਕਟਰ ਲਈ ਹਾਂ ਕਰਤੀ ਤੇ ਉਹ ਕੈਰੈਕਟਰ ਮੈਂ ਕਿੱਤਾ ਅੰਛੇ ਲੋਕਾਂ ਨੇ ਤਾੜੀਆਂ ਮਾਰੀ ਮੈਨੂੰ ਲੱਗਿਆ ਯਾਰ ਥਿਸ ਇਸ ਨੋਟ ਯੂਜਵਲ ਐਦਾਂ ਦਾ ਕੁਝ ਹੁੰਦਾ ਨਹੀਂ ਸੀਗਾ ਮੇਰੇ ਨਾਲ ਮੈਨੂੰ ਪਹਿਲੀ ਵਾਰੀ ਲੱਗਿਆ ਕਿ ਦੁਨੀਆ 'ਚ ਹਿਮਿਲੇਸ਼ਨ ਤੋਂ ਇਲਾਵਾ ਵੀ ਕੁਝ ਹੈਗਾ ਕਿ ਯੂ जस्ट ਨੀਡ ਟੂ ਸੀ ਇਟ ਮੈਨ ਲੱਗਿਆ ਨਹੀਂ ਯਾਰ ਤੂੰ ਆਪਣੇ ਆਪ ਨੂੰ ਜ਼ਬਰਦਸਤੀ ਮਾਰ ਰਿਹਾ ਸੀ ਆਪਣੀ ਸੋਚ ਦੀ ਵਜੇ ਤੋਂ ਤੇ ਉਹਨਾਂ ਦੀ ਦਿੱਤੀ ਡੀਮੋਟੀਵੇਸ਼ਨ ਦੀ ਵਜੇ ਤੋਂ ਬਟ ਯੂ ਨੀਡ ਟੂ ਥਿੰਕ ਆਊਟ ਆਫ ਦਾ ਬਾਕਸ ਇੱਕ ਵਾਰੀ ਸੋਚ ਕੇ ਦੇਖ ਤੂੰ ਇਹ ਕਰ ਸਕਦਾ ਹੈ ਇਹ ਚੀਜ਼ ਫੈਕਟ ਹੈ ਕਿ ਹਲੇ ਤੱਕ ਵਜ਼ਨ ਨਹੀਂ ਕੱਟ ਰਿਹਾ ਦੂਜੀ ਚੀਜ਼ ਫੈਕਟ ਹੈ ਕਿ ਲੋਕਾਂ ਨੇ ਹੱਸਣ ਤੋਂ ਨਹੀਂ ਹਟਣਾ ਤੇ ਤੀਜੀ ਚੀਜ਼ ਇਹ ਫੈਕਟ ਹੈ ਕਿ ਅਗਰ ਉਹਨਾਂ ਨੇ ਹੱਸਣਾ ਹੀ ਹੈ ਤਾਂ ਕਿਉਂ ਨਾ ਉਹਨਾਂ ਦੇ ਹੱਸਣ ਦਾ ਰੀਜ਼ਨ ਬਦਲ ਦਿਆ ਜਾਵੇ ਮੈਂ ਉਸ ਤੋਂ ਬਾਅਦ ਜਿੱਥੇ ਮੌਕਾ ਮਿਲਿਆ ਉੱਥੇ ਐਕਟਿੰਗ ਕੀਤੀ ਸਟਰੀਟ ਪਲੇਜ਼ ਨੁੱਕੜ ਨਾਟਕ ਜਿੱਥੇ ਮਨ ਕੀਤਾ ਜਿੱਥੇ ਮੈਨੂੰ ਮੌਕਾ ਮਿਲਿਆ ਮੈਂ ਉੱਥੇ ਪਾਰਟਿਸਿਪੇਟ ਕੀਤਾ ਹੁਣ ਮੈਨੂੰ ਲੱਗਿਆ ਕਿ ਕੋਈ ਹਸੇ ਕੋਈ ਰੋਏ ਮੈਨੂੰ ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ ਮੈਨੂੰ ਫਰਕ ਪੈਂਦਾ ਕਿ ਮੈਂ ਖੁਸ਼ ਆ ਜੋ ਮੈਂ ਕਰ ਰਿਹਾ ਉਹਦੇ ਨਾਲ ਮੈਂ ਡਿਸਾਈਡ ਕਰ ਲਿਆ ਕਿ ਮੈਂ ਬੰਬੇ ਜਾਊਂਗਾ ਹੋਰ ਵੱਡੀ ਛਲਾਂਗ ਮਾਰੂਗਾ ਵੱਤ ਤੋਂ ਵੱਤ ਕੀ ਹੋਏਗਾ ਵਾਪਸ ਆ ਜਾਊਂਗਾ ੱਟਕੇ ਖਾ ਕੇ ਯਾ ਲੋਕਾਂ ਨੇ ਉੱਥੇ ਵੀ ਥੋੜਾ ਜਿਹਾ ਹੱਸ ਲੈਣਾ। ਇਹੀ ਹੋਊਗਾ ਇਸ ਤੋਂ ਜ਼ਿਆਦਾ ਤਾਂ ਕੁਝ ਨਹੀਂ ਹੋਊਗਾ। ਕੁਦਰਤੀ ਮੇਰੇ ਇੱਕ ਦੋਸਤ ਨੇ ਮੈਨੂੰ ਕਿਹਾ ਇੱਕ ਦਿਨ ਹੈਰੀ ਬੰਬੇ ਚਲੇਗਾ? ਮੈਂ ਕਹਾ ਹੈ? ਕਹਿੰਦਾ ਹੈਰੀ ਬੰਬੇ ਜਾਏਗਾ। ਮੈਂ ਕਹਾ ਹਾਂ ਜਾਣਾ ਤਾਂ ਹੈ ਯਾਰ। ਮੈਂ ਕਿਹਾ ਤੂੰ ਬੰਬੇ ਕਿਆ ਕਰਨੇ ਜਾ ਰਹਾ ਹੈ? ਕਹਿੰਦਾ ਮੈਂ ਜਾ ਰਹਾ ਐਕਟਰ ਬਣਨ। ਮੈਨੇ ਕਹਾ ਹਾਂ ਮੈਂ ਵੀ ਬਣੂੰਗਾ। ਕਰ ਦੇ ਟਿਕਟਾ ਬੁੱਕ। ਉਹਨੇ ਜਰਨਲ ਦੀ ਦੋ ਟਿਕਟਾ ਬੁੱਕ ਕੀਤੀਆਂ, ਤਿੰਨ ਮਹੀਨੇ ਬਾਅਦ ਦੀ। ਤਿੰਨ ਮਹੀਨੇ ਬਾਅਦ ਜਦ ਟਾਈਮ ਆਇਆ, ਕਰਦੇ ਨੂੰ ਪਤਾ ਲੱਗਿਆ ਕਿ ਮੈਂ ਬੰਬੇ ਜਾਣਾ ਚਾਹੁੰਦਾ ਬਹੁਤ ਮਹਾਪਰਤ ਹੋਈ ਕਰੇ ਕਿਉਂਕਿ ਉਹ 50 ਕਿਲੋਮੀਟਰ ਤੋਂ ਅੱਗੇ ਕਦੀ ਟੱਪੇ ਨਹੀਂ ਸੀ ਤੇ ਮੈਂ 2000 ਕਿਲੋਮੀਟਰ ਦੂਰ ਦੀ ਗੱਲ ਕਰ ਰਿਹਾ ਸੀ ਮੇਰੇ ਬਹੁਤ ਛੇਤਰ ਪਏ ਮੇਰੇ ਘਰ ਦੇ ਕਹਿੰਦੇ ਕਿ ਤੂੰ ਬੰਬੇ ਜਾ ਕੇ ਕੀ ਕਰੇਗਾ ਮੈਂ ਕਿਹਾ ਮੈਂ ਇਹ ਸਭ ਕਰੂੰਗਾ ਜੋ ਕਾਲਜ 'ਚ ਕਰਦਾ ਸੀ ਕਹਿੰਦੇ ਪਰ ਹਾਂ ਤੈਨੂੰ ਕਿਵੇਂ ਕਿਵੇਂ ਕੀ ਕਰੇਗਾ ਤੂੰ ਡੂ ਯੂ نو ਹਾਊ ਟੂ ਡੂ ਇਟ ਤੈਨੂੰ ਐਕਟਿੰਗ ਕਰਨੀ ਆਉਂਦੀ ਹੈ ਮੈਂ ਕਿਹਾ ਹਾਂ ਮੰਮੀ ਤੁਸੀਂ ਕਦੇ ਕਾਲਜ ਨਹੀਂ ਆਏ ਪਰ ਮੈਨੂੰ ਆਉਂਦੀ ਹੈ ਉਹ ਤਾੜੀਆਂ ਮਾਰਦੇ ਆ ਮੇਰਾ ਕੰਮ ਦੇਖ ਕੇ ਮੈਂ ਕਿ ਜਿਹੜੀ ਟਰੋਫੀਜ਼ ਪਈਆਂ ਐ ਇਹ ਜਿਹੜੇ ਸਰਟੀਫਿਕੇਟ ਪਏ ਆ ਇਹ ਕੰਮ ਕਰ ਉਹਨਾਂ ਨੂੰ ਫੂਕ ਦੋ ਅਗਲਾ ਦੋ ਸਾਰਿਆਂ ਨੂੰ ਤੇ ਕੁਦਰਤੀ ਉਹ ਚਲੋ ਮੰਨ ਗਏ ਮੈਂ ਬੰਬੇ ਪਹੁੰਚ ਗਿਆ ਤੇ ਮੈਂ ਟੁੱਟ ਕੇ ਪੈ ਗਿਆ ਆਪਣੇ ਆਡੀਸ਼ਨਸ ਨੂੰ ਦਿਨ ਰਾਤ ਮੈਂ ਜਿੱਥੇ ਮੈਨੂੰ ਮੌਕਾ ਮਿਲੇ ਉੱਥੇ ਜਾ ਕੇ ਮੈਂ ਆਡੀਸ਼ਨ ਦੇ ਕਈ ਮਹੀਨੇ ਦੀ ਕੜੀ ਮਿਹਨਤ ਤੋਂ ਬਾਅਦ ਮੈਨੂੰ ਮੇਰੀ ਪਹਿਲੀ ਕਮਰਸ਼ਲ ਐਡਸ ਮਿਲ ਗਈ ਫॉर ਨੈਸ਼ਨਲ ਟੈਲੀਵਿਜ਼ਨ ਬਹੁਤ ਵੱਡੀ ਗੱਲ ਸੀ ਮੇਰੇ ਲਈ ਕੁਝ ਟਾਈਮ ਬਾਅਦ ਮੈਨੂੰ ਦੂਜੀ ਤੀਜੀ ਚੌਥੀ ਪੰਜਵੀਂ ਦਸਵੀਂ ਤੇ ਮੈਂ ਅੱਜ ਆਲਮੋਸਟ 35 ਤੋਂ 40 ਕਮਰਸ਼ਲ ਐਡਸ ਕਰ ਚੁੱਕਿਆ ਤੇ ਐਕਟ ਕਰਨ ਤੋਂ ਬਾਅਦ ਮੈਨੂੰ ਮੂਵੀਜ਼ 'ਚ ਕੰਮ ਮਿਲਣ 'ਚ ਜ਼ਿਆਦਾ ਟਾਈਮ ਨਹੀਂ ਲੱਗਿਆ। ਬਾਲੀਵੁੱਡ ਦੇ ਵੱਡੇ ਕਲਾਕਾਰ ਅਰਜੁਨ ਕਪੂਰ, ਸਨਕਸ਼ੀ ਸਿਨਾ, ਮਨੋਜ ਵਾਜਪਈ ਇਹਨਾਂ ਸਭ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ ਮੇਰੀ ਪਹਿਲੀ ਫਿਲਮ ਤੇਵਰ 'ਚ। ਉਸ ਤੋਂ ਬਾਅਦ ਮੈਂ ਕਈ ਫਿਲਮਾਂ ਕੀਤੀਆਂ ਤੇ ਅੱਜ ਮੇਰਾ ਆਪਣਾ YouTube ਚੈਨਲ ਹੈ। ਜਿਸ 'ਤੇ ਮੈਂ ਫਨੀ ਵੀਡੀਓਜ਼ ਬਣਾ ਕੇ ਲੋਕਾਂ ਨੂੰ ਆਪ ਹਸਾਉਂਦਾ। ਦਾ ਹੈਰੀ ਵਰਮਾ ਦੇ ਨਾਂ ਤੋਂ ਹੀ YouTube 'ਤੇ। ਤੁਸੀਂ ਆਪ ਜਾ ਕੇ ਦੇਖ ਸਕਦੇ ਹੋ। ਅੱਜ ਵੀ ਲੋਕਾਂ ਦੇ 네ਗੇਟਿਵ ਕਮੈਂਟਸ ਆਉਂਦੇ ਨੇ ਪਰ ਮੈਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ। ਕਿਉਂਕਿ ਮੇਰੇ ਪੋਜ਼ਿਟਿਵ ਕਮੈਂਟਸ ਉਹਨਾਂ ਤੋਂ ਬਹੁਤ ਜ਼ਿਆਦਾ ਨਹੀਂ ਲੋਕੀ ਐਪਰੀਸ਼ੀਏਟ ਕਰਦੇ ਆ ਹੁਣ ਬਹੁਤ ਪਿਆਰ ਮੇਦਾ ਲੋਕਾਂ ਦਾ ਇੱਕ ਮੋٹے ਡਿਪਰੈਸਡ ਜ਼ੀਰੋ ਕੰਫੀਡੈਂਟ ਬੰਦੇ ਲਈ ਇਹ ਬਹੁਤ ਵੱਡੀ ਗੱਲ ਸੀਗੀ ਜਿਹੜਾ ਕਿਸੇ ਟਾਈਮ ਤੇ ਸੁਸਾਈਡਲ ਥਾਟਸ ਜਿਹਨੂੰ ਆਂਦੇ ਸੀ ਕਿਸੇ ਟਾਈਮ ਤੇ ਉਹ ਅੱਜ ਇਹ ਬਾਲੀਵੁੱਡ ਦੀ ਫਿਲਮਾਂ ਕਰ ਰਿਹਾ ਐਡਸ ਕਰ ਰਿਹਾ ਇਹ ਬਹੁਤ ਵੱਡੀ ਗੱਲ ਸੀ ਮੇਰੇ ਲਈ ਦੋਸਤੋ ਮੈਂ ਤੁਹਾਨੂੰ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਕਿਸੇ ਬੰਦੇ 'ਚ ਦੇਖਦੇ ਹੋ ਕੋਈ ਵਿਕਾਰ ਨਾ ਤਾਂ ਉਹਨੂੰ 네ਗੇਟਿਵਲੀ ਪ੍ਰਭਾਵਿਤ ਨਾ ਕਰੋ ਪੋਜ਼ੀਟਿਵਲੀ ਪ੍ਰੋਤਸਾਹਿਤ ਕਰੋ ਕੁਝ ਚੰਗਾ ਕਰਨ ਲਈ ਕੁਝ ਵੱਡਾ ਕਰਨ ਲਈ ਆਪਣੀ ਮਰਜ਼ੀ ਤੋਂ ਕੋਈ ਮੋਟਾ ਕਾਲਾ ਪਤਲਾ ਛੋਟਾ ਨਹੀਂ ਹੁੰਦਾ ਕਿਸੇ ਦੇ ਵਨਸ ਤੇ ਮੋਟਾਪਾ ਹੁੰਦਾ ਹੈ ਕਿਸੇ ਨੂੰ ਸਰੀਰਕ ਬਿਮਾਰੀ ਹੁੰਦੀ ਹੈ ਕਿਸੇ ਦੇ ਸਿਰ ਤੇ ਮਾਪੇ ਹੀ ਨਹੀਂ ਹੁੰਦੇ ਦੱਸਣ ਲਈ ਕਿ ਪੁੱਤਰ ਤੂੰ ਗਲਤ ਖਾ ਰਿਹਾ ਤੂੰ ਮੋਟਾ ਹੋ ਜਾਏਗਾ ਨਾ ਖਾ ਕਿਸੇ ਦੇ ਮਾਪੇ ਹੁੰਦੇ ਆ ਪਰ ਉਹਨਾਂ ਕੋਲੇ ਟਾਈਮ ਨਹੀਂ ਹੁੰਦਾ ਇਹ ਦੱਸਣ ਲਈ ਕਿ ਤੂੰ ਗਲਤ ਕਰ ਰਿਹਾ ਨਾ ਖਾ ਤੇ ਉਸ ਤੋਂ ਬਾਅਦ ਵੀ ਜਿਹੜੇ ਲੋਕੀ ਬਚਦੇ ਆ ਤੇ ਪਤਲਾ ਹੋਣ ਦੀ ਜ਼ਰੂਰਤ ਕਰਦੇ ਆ ਨਾ ਉਹਨਾਂ ਨੂੰ ਸਾਢੇ ਚੋਹੇ ਕੁਝ ਘਟੀਆਂ ਲੋਕੀ ਬੁਲੀ ਕਰ ਕਰਕੇ ਕਰ ਕਰਕੇ ਕਰ ਕਰਕੇ ਇੰਨਾ ਡੀਮੋਟੀਵੇਟ ਕਰ ਦਿੰਦੇ ਆ ਇੰਨਾ ਡਿਪਰੈਸਡ ਕਰ ਦਿੰਦੇ ਆ ਕਿ ਉਹ ਸਾਰਾ ਦਿਨ ਡਿਪਰੈਸ਼ਨ ਚ ਜਾ ਕੇ ਡੀਪ ਫਰਾਈਜ਼ ਖਾਂਦੇ ਨੇ ਮੈਂ ਹੈਗਾ ਮੋਟਾ ਆਈ ਨੋ ਦੈਟ ਐਂਡ ਆਮ ਪ੍ਰਾਊਡ ਆਫ ਇਟ ਮੈਨੂੰ ਦੇਖ ਕੇ ਲੋਕੀ ਹੱਸਦੇ ਆ ਮੈਨੂੰ ਖੁਸ਼ੀ ਮਿਲਦੀ ਆ ਮੈਨੂੰ ਤੁਹਾਡੀ ਐਡਵਾਈਸ ਦੀ ਨਹੀਂ ਐਨਕਰੀਜਮੈਂਟ ਦੀ ਲੋੜ ਹੈ ਮੈਨੂੰ ਤੁਹਾਡੇ ਪੁੱਲ ਦੀ ਨਹੀਂ ਪੁਸ਼ ਦੀ ਲੋੜ ਹੈ ਮੈਨੂੰ ਤੁਹਾਡੀ ਬੁੱਲੀ ਦੀ ਨਹੀਂ ਦੋਸਤੀ ਦੀ ਲੋੜ ਹੈ ਮੈਨੂੰ ਤੁਹਾਡੇ ਦਿੱਤੇ ਡਿਪਰੈਸ਼ਨ ਦੀ ਨਹੀਂ ਤੁਹਾਡੇ ਦਿੱਤੇ ਜੋਸ਼ ਦੀ ਲੋੜ ਹੈ ਇੱਕ ਚਿੰਗਾਰੀ ਨੂੰ ਤੂੰ ਅੱਗ ਬਣਾ ਸਕਦਾ ਹੈ ਖੁਲੀ ਔਖਾਂ ਤੋਂ ਦੇਖਿਆ ਹਰ ਸੁਪਨਾ ਤੂੰ ਸੱਚ ਬਣਾ ਸਕਦਾ ਹੈ ਪੱਥਰ ਨੂੰ ਤਰਾਸ਼ ਕੇ ਰੱਬ ਬਣਾਉਣ ਦੀ ਔਕਾਤ ਰੱਖਦਾ ਇੱਕ ਇਨਸਾਨ ਜੇ ਕੋਈ ਬੰਦਾ ਦਿਲ ਤੋਂ ਕਿਸੇ ਦਾ ਸਾਥ ਦੇ ਤਾ ਉਹ ਪੂਰਾ ਆਪਣਾ ਜੱਗ ਬਣਾ ਸਕਦਾ ਹੈ